ਹਾਂਜੀ ਜੀ ਜੈਨੂ ਜੀ ਸਤਿ ਸ੍ਰੀ ਅਕਾਲ ਜੀ ਆਹ ਦੋ ਗੱਲਾਂ ਕਰਨੀਆਂ ਨੇ ਪਹਿਲਾਂ ਹੀ ਦੱਸ ਦਈਏ ਕਿ ਜਿਨ੍ਹਾਂ ਨੇ ਪਹਿਲਾਂ ਮਾਸਟਰ ਕਿੱਡਰ ਦਾ ਇਮਤਿਹਾਨ ਦਿੱਤਾ ਸੀ ਉਹਨਾਂ ਦੇ ਨਿਯੁਕਤੀ ਪੱਤਰ ਤੇ ਨਵੀਆਂ ਅਸਾਮੀਆਂ ਦੇ ਸਬੰਧਤ ਪਰ ਵੀਡੀਓ ਨੂੰ ਅਖੀਰ ਤੱਕ ਜਿਹੜਾ ਸੁਨੇਹਾ ਦਿੱਤਾ ਜਾਊ ਉਹ ਤੇ ਜ਼ਰੂਰ ਗੌਰ ਕਰਿਓ ਆ ਕਾਫੀ ਸਮੇਂ ਤੋਂ ਸਵਾਲ ਆ ਰਹੇ ਜੀ ਨਿਯੁਕਤੀ ਪੱਤਰ ਕਦੋਂ ਤਕਰੀਬਨ ਕਿ ਕਪੋਸਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਅਦ ਦੇ ਵਿੱਚ ਤੇ ਸਾਡਾ ਵੀ ਜੋ ਅੰਦਾਜ਼ਾ ਸੀ ਜੋ ਗੱਲਬਾਤ ਦੇ ਵਿੱਚ ਸਾਹਮਣੇ ਆਈ ਸੀ ਗੱਲ ਉਹੀ ਸੀ ਕਿ ਜਿਹੜੇ ਨਿਯੁਕਤੀ ਪੱਤਰ ਨੂੰ ਲੈ ਕੇ ਇੱਕ ਹਫ਼ਤੇ ਦੀ ਆਪਾਂ ਗੱਲ ਰੱਖ ਸਕਦੇ ਹਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਆਫੀਸ਼ੀਅਲੀ ਅਪਡੇਟ ਨਿਯੁਕਤੀ ਪੱਤਰ ਨੂੰ ਲੈ ਕੇ ਤਾਂ ਨਹੀਂ ਕਹਿ ਸਕਦੇ ਪਰ ਵੈਸੇ ਕੋਈ ਨਾ ਕੋਈ ਅਪਡੇਟ ਇੱਕ ਦਿਨ ਦੇ ਵਿੱਚ ਦੋ ਦਿਨ ਦੇ ਵਿੱਚ ਹੋਰ ਕੋਈ ਨਾ ਕੋਈ ਜ਼ਰੂਰ ਅਪਡੇਟ ਆਵੇਗਾ ਉਹ ਵਾਅਦਾ ਦੀ ਗੱਲ ਹੈ ਨਿਯੁਕਤੀ ਪੱਤਰ ਇੱਕ ਹਫ਼ਤੇ ਦੇ ਵਿੱਚ ਵਿੱਚ ਕੁਝ ਨਾ ਕੁਝ ਸਾਡੇ ਸਾਹਮਣੇ ਆਉਣ ਵਾਲਾ ਪਰ ਕਿੰਨਿਆਂ ਨੂੰ ਮਿਲੀਆਂ ਨੇ ਨੌਕਰੀਆਂ ਇਹ ਤੁਹਾਨੂੰ ਪਤਾ ਹੈ 10 10 20 20 50 50 ਪੋਸਟਾਂ ਦੇ ਨਾਲ ਪਤਾ ਜੋ ਵੀ ਜੋ ਹਾਲ ਰਿਹਾ ਸਾਰਿਆਂ ਦੇ ਸਾਹਮਣੇ ਆ ਮਿਹਨਤ ਸਾਰਿਆਂ ਦੀ ਬਹੁਤ ਸੀ ਪਰ ਜਿਨ੍ਹਾਂ ਨੇ ਜਿੰਨੀ ਮਿਹਨਤ ਕੀਤੀ ਆ ਜੀ ਉਹਨੇ ਹੀ ਮਿਹਨਤ ਦੇ ਵਿੱਚੋਂ ਸਮਾਂ ਕੱਢ ਕੇ ਸਾਥ ਦੇ ਮੁਹ ਜਿਹੜੀ ਆਪਣੀ ਅਧਿਆਪਕ ਜਥੇਬੰਦੀਆਂ ਵਿਰੋਜਗਾਰ ਅਧਿਆਪਕ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਤੇ ਉਹਨਾਂ ਦੇ ਨਾਲ ਤੁਸੀਂ ਸਾਥ ਦਿਓ ਆਖਰੀ ਬੇਨਤੀ ਇਹੀ ਆ ਕਿ ਇਸ ਸਾਧ ਦੇ ਵਿੱਚ 28 ਤਰੀਕ ਨੂੰ ਜਿਹੜਾ ਰੱਖਿਆ ਗਿਆ ਮੇਰੇ ਜਗਾਰਾਂ ਨੂੰ ਪਹੁੰਚਣ ਦੀ ਅਪੀਲ ਆ ਸੰਗਰੂਰ ਤੇ ਜਰੂਰ ਵੱਧ ਤੋਂ ਵੱਧ ਜੇ ਪੋਸਟਾਂ ਦੀ ਗਿਣਤੀ ਵਧਾਉਣੀ ਆ ਜੇ ਤੁਸੀਂ ਚਾਹਣਿਓ ਕਿ ਥੋੜੀ ਜਿਹੀ ਗਿਣਤੀ ਵਾਧੀਏ ਜਿੰਨੀ ਤੁਹਾਡੀ ਉੱਥੇ ਗਿਣਤੀ ਵਧੇਗੀ ਉਨੀਆਂ ਹੀ ਪੋਸਟਾਂ ਦੀ ਗਿਣਤੀ ਵਧਣ ਦੀ ਉਮੀਦ ਆ ਜੇ ਨਹੀਂ ਪਹੁੰਚੋਗੇ ਤਾਂ ਉਹੀ 10 20 ਵੀ ਪੋਸਟ ਆਉਣਗੀਆਂ ਫੇਰ ਵੀ ਸਕੇ ਜਿੰਨੀ ਮਰਜ਼ੀ ਮਿਹਨਤ ਕਰ ਲਿਓ ਤੇ ਉਹ ਮਿਹਨਤ ਵਿਕਾਰ ਜਾਣੀ ਆ ਕਿਉਂਕਿ ਗਿਣਤੀ ਬਹੁਤ ਥੋੜੀ ਹੁੰਦੀ ਆ ਉਹਨੂੰ અલગ અલગ categories ਦੇ ਮੁਤਾਬਕ ਵੰਡਣਾ ਜ਼ਰੂਰੀ ਹੁੰਦਾ ਸਰਕਾਰ ਲਈ ਆਪਾਂ ਨਹੀਂ ਕਹਿੰਦੇ ਕਿ ਹਰ ਇੱਕ categories ਦੇ ਮੁਤਾਬਕ ਵੰਡਦਾ ਜਿਹੜਾ ਉਹਨਾਂ ਦਾ ਸਾਰੇ ਹੀ ਉੱਥੇ ਪਹੁੰਚੋ ਬੇਨਤੀ ਆ ਬੋ ਹੱਥ ਜੋੜ ਕੇ ਬੇਨਤੀ ਆ ਕਿ ਵੱਦ-ਵੱਦ ਸਾਥ ਦਿਓ ਸਰਕਾਰਾਂ ਤੋਂ ਰੋਜ਼ਗਾਰ ਲੈਣ ਦੇ ਲਈ ਜ਼ਰੂਰ ਤੁਹਾਨੂੰ ਜਥੇਵੰਦੀਆਂ ਦਾ ਤੁਸੀਂ ਆਪੋ ਆਪਣੀ ਗਰੁੱਪਸ ਦੇ ਵਿੱਚ ਦੇਖਦੇ ਹੋ ਪਰ ਜਦੋਂ ਇਸ ਤਰ੍ਹਾਂ ਦੀ ਵੀਡੀਓ ਮਤਲਬ ਜਾਂ ਕੋਈ ਪੋਸਟ ਪਾਈ ਜਾਂਦੀ ਆ ਜਥੇਵੰਦੀਆਂ ਵੱਲੋਂ ਤਾਂ ਉਹਨੂੰ ਨਜ਼ਰਅੰਦਾਜ਼ ਕਰ ਦਿਨਿਓ ਹੱਥ ਜੁੜ ਕੇ ਬੇਨਤੀ ਹੈ ਕਿ 28 ਤਰੀਕ ਨੂੰ ਜਰੂਰ ਪਹੁੰਚੋ ਜਿੰਨੀਆਂ ਤੁਹਾਡਾ ਇਕੱਠ ਹੋਵੇਗਾ ਉਹਨਾਂ ਦਾਵਾ ਤੇ ਉਹਨੀਆਂ ਪੋਸਟਾਂ ਦੀ ਉਮੀਦ ਕੀਤੀ ਜਾ ਸਕਦੀ ਆ ਉਮੀਦ ਕਰਦੀਆਂ ਕਿ ਜਰੂਰ ਤੁਸੀਂ ਇਸ ਗੱਲ ਤੇ ਗੌਰ ਕਰੋਗੇ ਤੇ ਵੱਧ ਤੋਂ ਵੱਧ ਆਪਣੀ ਅੱਗੇ ਹੋਰਾਂ ਨਾਲ ਵੀਡੀਓ ਸਾਂਝੀ ਕਰੋ ਬੇਸਕ ਬੇਸਕ ਫੋਨ ਤੇ ਗੱਲ ਕਰੋ ਕਿਸੇ ਵੀ ਤਰੀਕੇ ਨਾਲ ਟੰਗ ਨਾ ਗੱਲ ਕਰਕੇ ਇਕੱਠੇ ਹੋਣ ਲਈ ਅਪੀਲ ਕਰੋ ਮਿਲਾਂਗੇ ਫਿਰ ਕਿਸੇ ਨਵੇਂ ਅਪਡੇਟ ਨਾਲ ਬਹੁਤ ਜਲਦ ਖਾਸ ਤੌਰ ਤੇ ਵਾਦ ਦੇਣਾ